ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਸਮੇਂ-ਸਮੇਂ ਤੇ US ਮੀਡੀਆ ਇੰਟਰਨੈਸ਼ਨਲ ਲਾਈਵ ਹੁੰਦੇ ਨੇ ਤੇ ਆਪਣੇ ਲਾਈਵ ਸ਼ੋਅ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਉਹ ਗੱਲਬਾਤ ਕਰਦੇ ਨੇ। ਵੱਖਵਾਦੀ ਸੋਚ ਰੱਖਣ ਵਾਲੇ ਹਮੇਸ਼ਾ ਆਪਣੀ ਸੋਚ ਨੂੰ ਸਾਹਮਣੇ ਰੱਖਦਿਆਂ ਹਮੇਸ਼ਾ ਭਾਰਤ ਦੀਆਂ ਸਰਕਾਰਾਂ ਨੂੰ ਵੀ ਲਲਕਾਰਦੇ ਨਜ਼ਰ ਆਉਂਦੇ ਨੇ ਤੇ ਕਈ ਵਾਰ ਕੱਟੜਵਾਦੀ ਹਿੰਦੂ ਸੋਚ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ। ਇਸ ਵਾਰ ਇਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਹਾਂ ਬਈ, ਰਿੱਕੀ ਸ਼ਰਮਾ, ਇੱਥੇ ਇੱਕ ਰਿੱਕੀ ਸ਼ਰਮਾ ਨਾਂ ਦੀ ਪੜਤਾਣੀ ਆਈ ਸੀ। ਰਿੱਕੀ ਸ਼ਰਮਾ, ਵਾਹ ਕਿਆ ਬਾਤ ਆ। ਰਿੱਕੀ ਸ਼ਰਮਾ, ਇਹ ਰਿੱਕੀ ਸ਼ਰਮਾ ਇਹ ਯੂਰਤ ਹੈ ਨਾ ਪੜਤਾਣੀਏ, ਫੇਸਬੁੱਕ ਇੱਥੇ ਲਾਈਵ 'ਤੇ ਆ ਕੇ ਗੱਲ ਕਰ ਮੇਰੇ ਨਾਲ, ਫਿਰ ਪਤਾ ਲੱਗੂ ਕਿ ਜੋਧਾ ਬਾਈ ਤੇਰੀ ਕੀ ਲੱਗਦੀ ਸੀ। ਜੇ ਯੂਰਤ ਹੈ ਤਾਂ ਲਾਈਵ 'ਤੇ ਆ ਕੇ ਗੱਲ ਕਰ ਸਹੁਰੀ ਦਿਆ, ਆਵਾਜ਼ ਕੱਢਣੀ ਪੰਡਤਾਣੀਆਂ ਵਾਲੀ ਅਤੇ ਗੱਲ ਕਰਨ ਵਾਸਤੇ ਇੱਥੇ ਤੂੰ ਆ ਗਿਆ ਜੇ ਇਸ ਧਾਲੀਵਾਲ ਨਾ। ਐਵਰੀ ਵੀਕ ਲਾਈਵ ਹੋਇਆ ਕਰੂਗਾ, ਹੁਣ ਐਵਰੀ ਵੀਕ ਆਡੀਓ ਰਿਲੀਜ਼ ਹੋਇਆ ਕਰਨਗੀਆਂ, ਤੁਹਾਡੀ ਹਿਸਟਰੀ ਸਾਰੀ ਫਰੋਲੂੰਗਾ, ਮੈਂ ਸਾਰੀ ਫਰੋਲੂੰਗਾ। ਮੈਨੂੰ ਇਹ ਦੱਸੋ ਕਿ ਮੱਖਣ ਚੋਰ ਕੌਣ ਸੀ? ਆਪਣੀਆਂ ਮਾਵਾਂ ਭੈਣਾਂ ਦੀਆਂ ਕੱਛੀਆਂ ਚੱਕਣ ਵਾਲਾ ਕ੍ਰਿਸ਼ਨ ਕੌਣ ਸੀ? ਦੱਸੋ ਮੈਨੂੰ ਉਹ ਪੰਡਿਤ ਕੌਣ ਸੀ ਜੀ ਤੋਂ ਆਪਣੀ ਪੰਡਤਾਣੀ ਨਾਲ ਲਿਆਂਦੀ ਗਈ ਬਾਂਦਰ ਦੀ ਪੂਛ ਨੂੰ ਅੱਗ ਲਾ ਕੇ ਸ਼੍ਰੀਲੰਕਾ ਭੇਜਿਆ? ਤੁਹਾਡੀ ਇਹੋ ਜਿਹੀ ਰੇਲ ਬਣਾਊ, ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ, ਕੋਸ਼ਿਸ਼ ਨਾ ਕਰਿਓ, ਮੈਂ ਉੱਦਾਂ ਦਾ ਬੰਦਾ ਨਹੀਂ ਹੈਗਾ। ਚਲੋ ਗਾਲਾਂ ਰਹਿਣ ਦਿੰਦੇ ਹਾਂ ਜੀ। ਅਮਰਜੀਤ ਸਿੰਘ ਕਹਿੰਦਾ ਜੀ ਗਾਲਾਂ ਰਹਿਣ ਦਿਓ, ਚੰਗਾ ਨਹੀਂ ਲੱਗਦਾ। ਠੀਕ ਆ ਜੀ, ਗਾਲਾਂ ਰਹਿਣ ਦਿੰਦੇ ਹਾਂ, ਚੰਗਾ ਨਹੀਂ ਲੱਗਦਾ। ਉਹ ਇੱਥੇ ਆ ਕੇ ਕਮੈਂਟਸ ਦੇਈ ਜਾਣ, ਉਹ ਤੁਹਾਨੂੰ ਚੰਗਾ ਲੱਗਦਾ? ਉਹ ਸਾਡੀ ਲਾਈਵ ਨੂੰ ਰੋਕਣੋਂ ਚੰਗਾ ਲੱਗਦਾ? ਚੰਗਾ ਲੱਗਦਾ? ਗਲਾਂ ਵਿੱਚ ਟਾਇਰ ਪਾ ਦੇਣੋਂ ਚੰਗਾ ਲੱਗਦਾ? ਗਿਆਨ ਗੋਦੜੀ ਗੁਰਦੁਆਰਾ ਸਾਹਿਬ ਢਾ ਕੇ ਦੁਕਾਨਾਂ ਬਣਾ ਦੇਣ ਹਿੰਦੂ ਚੰਗਾ ਲੱਗਦਾ? ਔਰ ਰਿੱਕੀ ਸ਼ਰਮਾ ਲਾਈਵ 'ਤੇ ਆ ਮੇਰੇ ਨਾਲ ਗੱਲ ਕਰ, ਲਾ ਕੇ ਸਾੜੀ ਚਾਰ ਮਾਰੂੰ ਚਿਪੜਾ। ਥੱਲੇ ਥੋੜ੍ਹਾ ਲਿਖੀ ਜਾਂਦਾ, ਆਵਾਜ਼ ਹੋਵੇ ਤਾਂ ਹੋਵੇ, ਥੋੜ੍ਹਾ ਆਵਾਜ਼ ਬੂਝ ਹੈਣੀ ਇਹਨਾਂ ਲੋਕਾਂ ਦੀ। ਗੱਲ ਸੁਣੋ, ਗੱਲ ਸੁਣੋ ਮੇਰੀ, ਜਿੰਨੇ ਪੰਡਿਤ ਪੁੰਨਤ ਆ, ਜਿੰਨੇ ਪੰਡਿਤ ਪੁਨਤਾਣੀਆਂ, ਗੈਟ ਲੋਸਟ ਫਰੋਮ ਮਾਈ ਲਾਈਫ। ਠੀਕ ਆ, ਕਿਉਂਕਿ ਤੁਹਾਡੇ 'ਚ ਜ਼ੁਰਤ ਨਹੀਂ ਹੈ, ਬੰਦਿਆਂ ਵਾਲੀ ਆਵਾਜ਼ ਨਹੀਂ ਹੈ, ਬੰਦਿਆਂ ਵਾਲੀ ਗੱਲ ਨਹੀਂ ਹੈ। ਮੂੰਹ ਤੁਸੀਂ ਟੱਟਦੇ ਹੁੰਦੇ ਸੀ ਹਿੰਦੁਸਤਾਨੀ, ਉਹ ਤੁਹਾਡੇ ਮੂੰਹ 'ਚ ਥੁੱਕਿਆ ਜਾਂਦਾ ਸੀ। ਮਾਵਾਂ ਭੈਣਾਂ ਤੁਸੀਂ ਰਾਤ ਦੇ 12 ਵਜੇ ਤੋਂ ਬਾਅਦ ਫੇਰੇ ਕਰਦੇ ਹੁੰਦੇ ਸੀ, ਉਸ ਤੋਂ ਪਹਿਲਾਂ ਤੁਸੀਂ ਉੱਥੇ ਪੇਸ਼ ਕਰਦੇ ਸੀ। ਜੋਧਾ ਬਾਈ ਤੁਸੀਂ ਭੂਆ ਪੇਸ਼ ਕੀਤੀ, ਗਜਨੀ ਦੇ ਬਾਜ਼ਾਰ ਵਿੱਚ ਤੁਹਾਡੀਆਂ ਮਾਵਾਂ ਭੈਣਾਂ ਟਕੇ ਟਕੇ ਨੂੰ ਵਿਖਦੀਆਂ ਰਹੀਆਂ। ਇੱਧਰ ਗੱਲ ਕਰ, ਉਹ ਯਾਰ ਸ਼ਰਮਾ ਜਾ ਰੋਕ ਲਓ, ਇਹ ਕਿਹੜੀ ਆ ਪੰਡਤਾਣੀ ਆ ਰਿੱਕੀ ਸ਼ਰਮਾ? ਫਿਰ ਤੁਸੀਂ ਕਹੋਗੇ ਇੱਦਾਂ ਤੇ ਯੇ ਤੇ ਵੋ। ਇਹਨੂੰ ਕਹਿ 80 ਬੰਦੇ ਜੁੜ ਗਏ ਯਾਰ, ਗੱਲਬਾਤ ਆਪਾਂ ਕੋਈ ਕੀਤੀ ਨਹੀਂ। ਆ ਰਿੱਕੀ ਸ਼ਰਮਾ ਪੰਡਤਾਣੀ ਜੀ ਨੂੰ ਰੋਕ ਲਓ, ਜੇ ਰੋਕ ਸਕਦੇ ਹਾਂ ਮੈਂ ਸਾੜੀ ਲਾ ਕੇ ਚਿੱਪੜਾਂ ਲਾਊਂ ਸਾਲੇ ਇੱਥੇ। ਠੀਕ ਆ, ਤੁਹਾਨੂੰ ਫਿਰ ਗਾਣਾ ਫਾਣਾ ਸੁਣਾਵਾਂ, ਗਾਣਾ ਵਾਣਾ ਸੁਣਾਵਾਂ ਫਿਰ। ਲਓ ਜੀ,
ਰੈਫਰੈਂਡਮ 2020 ਜਿਹੜਾ 100% ਕਰਾਵਾਂਗੇ ਅਸੀਂ, ਲਾਵਾਂਗੇ ਸਾਰਾ ਹਿੰਦੁਸਤਾਨ ਦਾ, ਕਿਉਂਕਿ ਸ਼ਰਮੀਆਂ ਸ਼ੁਰਮੀਆਂ ਹਟ ਜਾਓ, ਮੈਂ ਨਾ ਤੈਨੂੰ ਮੈਂ ਦੱਸ ਦਿੱਤਾ, ਫਿਰ ਬਾਅਦ 'ਚ ਫੁੱਲ ਸਪੋਰਟ ਆ ਬਾਈ, ਠੀਕ ਆ। ਇੱਕ ਗੱਲ ਹੋਰ ਸੁਣ ਲਓ, ਬਹੁਤੇ ਵਾਰੀ ਕਹਿ ਦਿੰਦੇ ਹੁੰਦੇ ਨਾ ਕਈ ਸਾਲੇ ਫੀਮ ਖਾਣੇ ਜੇ, ਪਹਿਲਾਂ ਖਾਲਸੇ ਬਣ ਜਾਓ, ਆ ਘੋਨਾ ਮੋਨਾ ਗੱਲ ਨਹੀਂ ਬਾਈ, ਤੁਸੀਂ ਸਾਰੇ ਮੇਰੇ ਭਰਾ ਹੈ, ਚਾਹੇ ਖਾਲਸਾ ਹੈ, ਗੁਰਸਿੱਖ ਹੈ, ਵਾਲਾਂ ਵਾਲਾ, ਨਾ ਵਾਲਾਂ ਵਾਲਾ, ਮੋਨਾ ਹੈ, ਘੋਨਾ, ਜਿੰਨੇ ਵੀ ਆ। ਆ ਇੱਕ ਹੋਰ ਆ ਗਈ ਵੀਰ ਦੀਪ ਵਿਰਕ ਦੇ, ਪਤਾ ਨਹੀਂ ਕੀ ਹੈ, ਐਨੀਵੇ ਆਪਾਂ ਸਾਰੇ ਭਰਾ ਹੈ ਅਤੇ ਸਾਰੇ ਹਿੰਦੁਸਤਾਨ ਦੇ ਜਵਾਈਆਂ, ਕਿਸ ਤੋਂ ਸਾਰੇ ਤੋਂ ਸਰਟੀਫਿਕੇਟ ਲੈਣ ਦੀ ਲੋੜ, ਐਵੇਂ ਨਾ ਡਰਿਆ ਡੁਰਿਆ ਕਰੋ ਤੂੰ ਬੋਲ ਨਹੀਂ ਸਕਦਾ, ਪਹਿਲਾਂ ਸਿੱਖ ਬਣ ਜਾ, ਇਹ ਸਭ ਬਕਵਾਸ ਹੈ ਸਾਲਿਆਂ ਦਾ, ਠੋਕ ਕੇ ਬੋਲਿਆ ਕਰੋ। ਤੁਸੀਂ ਸਾਰੇ ਜਵਾਈਆਂ ਹਿੰਦੁਸਤਾਨ ਦੇ, ਭਾਰਤ ਮਾਤਾ ਦੇ ਸਭ ਜਿੰਨੇ ਵੀ ਆ, ਕਿਸੇ ਸਾਲੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਕਿ ਤੁਹਾਡੀ ਸ਼ਕਲ ਕਿੱਦਾਂ ਦੀ ਹੋਣੀ ਚਾਹੀਦੀ ਹੈ। ਹਾਂ, ਅਕਲ ਤੁਹਾਡੀ ਹੋਣੀ ਚਾਹੀਦੀ ਹੈ ਆਜ਼ਾਦੀ ਵਾਲੀ। ਹਿੰਦੁਸਤਾਨ ਕਾਤਲ ਭਾਰਤ ਮਾਤਾ ਦੇ ਖਿਲਾਫ਼ ਬੋਲਣ ਦੀ ਜ਼ੁਰਤ ਹੋਣੀ ਚਾਹੀਦੀ ਹੈ, ਸਭ ਭਰਾ ਹਾਂ ਅਸੀਂ। ਇਹ ਕਾਤਲ ਭਾਰਤ ਮਾਤਾ ਦੇ 32 ਟੋਟੇ ਹੋਣੇ ਆ, ਰਜਨੀਸ਼ ਕਹਿ ਗਿਆ 32 ਟੋਟੇ। ਹਿੰਦੁਸਤਾਨ ਰਸ਼ੀਆ ਦੇ ਨਾਲ ਬੜਾ ਇਹਨਾਂ ਦਾ ਗੰਢ ਟੁੱਪ ਸੀ, ਬਹੁਤ ਗੰਢ ਟੁੱਪ ਸੀ, ਸਭ ਗੰਦੇ ਹਥਿਆਰ ਉਹਨਾਂ ਕੋਲ, ਗੰਦੇ ਇਹਨਾਂ ਕੋਲ, ਉਹਨਾਂ ਦੀਆਂ ਮਾਵਾਂ ਭੈਣਾਂ ਵੀ ਵਿਕਦੀਆਂ, ਕੁੜੀਆਂ ਤੁਹਾਨੂੰ ਪਤਾ, ਇਹ ਵੀ ਵਿਕਦੀਆਂ, ਇਹਨਾਂ ਦੀਆਂ ਵੀ ਵਿਕਦੀਆਂ। ਇਸ ਕਰਕੇ ਤੁਸੀਂ ਆਪ ਦੇਖਿਆ ਕਿ 16-17 ਟੋਟੇ ਰਸ਼ੀਆ ਦੇ ਹੋਏ ਆ, ਵੱਖ ਵੱਖ ਕੰਟਰੀ ਬਣੇ ਆ, ਅਤੇ ਹਿੰਦੁਸਤਾਨ ਦੇ 32 ਟੋਟੇ ਬਣਨੇ ਆ ਮਿੱਤਰੋ। ਪਰ ਆਪਾਂ ਨੂੰ ਬਾਕੀਆਂ ਦਾ ਨਹੀਂ ਕੋਈ ਲੈਣਾ ਦੇਣਾ, ਕੋਈ ਦਾਰਜੀਲਿੰਗ ਲੈ ਗਿਆ, ਕੋਈ ਤਾਰਜੀਲਿੰਗ, ਜਿੰਨੇ ਵੀ ਆ, ਸਾਡਾ ਮਤਵਲਾ ਸਾਡੇ ਆਪਣੇ ਰਾਜ ਨਾਲ, ਸਿੱਖ ਦੇ ਕੋਲ ਆਪਣੀ ਪੋਲੀਟੀਕਲ ਪਾਵਰ ਸੀ, ਪੰਜਾਬ ਸਾਡਾ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਾ ਹੈ, ਨਾ ਸੀ, ਅਤੇ ਨਾ ਰਹੂਗਾ। ਜਦੋਂ ਤੱਕ ਬੰਦਾ ਘੁਲਦਾ ਹੁੰਦਾ ਉਦੋਂ ਤੱਕ ਹਾਰ ਜਿੱਤ ਦੇ ਫੈਸਲੇ ਨਹੀਂ ਹੁੰਦੇ, ਜਦੋਂ ਤੱਕ ਬੰਦਾ ਲੜਦਾ ਹੁੰਦਾ ਆਜ਼ਾਦੀ ਦੇ ਲਈ ਅਤੇ ਉਦੋਂ ਤੱਕ ਫੈਸਲੇ ਨਹੀਂ ਹੁੰਦੇ। ਅਤੇ ਪੰਜਾਬ ਸਾਡਾ 1947 ਤੋਂ ਲੈ ਕੇ ਅੱਜ ਤੱਕ ਲੜ ਰਿਹਾ ਆਜ਼ਾਦੀ ਦੇ ਲਈ, ਅਤੇ ਲੜਦਾ ਰਹੂਗਾ। ਹਿੰਦੁਸਤਾਨ ਭਾਰਤ ਮਾਤਾ ਦੇ 32 ਟੁਕੜੇ ਹੋਣੇ ਨੇ, 32 ਟੁਕੜੇ, 32। ਸਾਡਾ ਦਿਮਾਗ ਕਿੱਥੇ ਹੈ ਕਿ ਜਿਹੜਾ ਸਾਡਾ ਆਪਣਾ ਰਾਜ ਹੈ, ਜਿਹੜਾ ਖਾਲਸੇ ਦਾ ਰਾਜ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਝੰਡੇ ਗੱਡੇ ਨੇ, ਜਿਸ ਰਾਜ ਦੇ ਵਿੱਚ ਹਰੀ ਸਿੰਘ ਨਲੂਏ ਦੀਆਂ ਗੱਲਾਂ ਹੁੰਦੀਆਂ ਸੀ, ਜਿਸ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਰਬਾਰ ਸਾਹਿਬ ਦੇ ਉੱਪਰ ਸੋਨਾ ਚੜਾਇਆ ਗਿਆ, ਉਹ ਸਾਡਾ ਰਾਜ ਸੀ, ਜਿੱਥੇ ਹਿੰਦੂ ਵੀ ਸੁਖੀ ਸੀ, ਜਿੱਥੇ ਮੁਸਲਮਾਨ ਵੀ ਸੁਖੀ ਸੀ। ਡਾਲਰਾਂ ਦੇ ਬਰਾਬਰ ਸਾਡੀ ਕਰੰਸੀ ਹੁੰਦੀ ਸੀ, ਅੱਜ ਜਾ ਕੇ ਦੇਖੋ 500 ਵਾਲਾ ਨੋਟ ਗਾਂਧੀ ਦਾ ਬੱਚਾ ਨਹੀਂ ਲੈਂਦਾ, ਕਹਿੰਦਾ ਭੈਣ ਚੋਂ ਪਰੇ ਸੱਟ ਕੀ ਲਈ ਫਿਰਦਾ ਗੰਦ ਜਾ, ਕਹਿੰਦਾ ਕੀ ਚਾਹੀਦਾ, ਕਹਿੰਦਾ ਡਾਲਰ ਚਾਹੀਦਾ ਬਾਪੂ, ਡਾਲਰ। ਅਤੇ ਹਿੰਦੁਸਤਾਨ ਉੱਤੇ ਜਾ ਕੇ ਸਾਰੇ ਰਿਸ਼ਵਤ, ਕਿਸੇ ਨੇ ਦੇਣੀ ਰਿਸ਼ਵਤ, ਐਡੇ ਕਰਪਟ ਕੰਟਰੀ, ਐਡੇ ਕਰਪਟ ਲੋਕ ਆ ਹਿੰਦੁਸਤਾਨੀ, ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਚੁੱਕਾ, ਪੂਰੀ ਦੁਨੀਆ ਦੇ ਵਿੱਚ।
ਜਿਹੜਾ ਉਹਨਾਂ ਦਾ ਦੇਸ਼ ਹੈ ਨਾ ਭਾਰਤ ਮਾਤਾ, ਜੇ ਹੈ ਬੋਹਾ ਕਰਦੇ। ਇੱਕ ਮਿੰਟ 'ਚ 14 ਰੇਪ ਹੁੰਦੇ ਨੇ ਉੱਥੇ, ਇੱਕ ਮਿੰਟ 'ਚ 14 ਰੇਪ ਹੁੰਦੇ ਨੇ ਹਿੰਦੁਸਤਾਨ 'ਚ। ਹਰ ਹਿੰਦੁਸਤਾਨੀ ਦੇ ਮੂੰਹ ਵਿੱਚ ਥੁੱਕਿਆ ਜਾਂਦਾ ਸੀ ਸਾਰਾ, ਜਦੋਂ ਇੱਥੋਂ ਬਾਹਰਲੇ ਜਦੋਂ ਆਉਂਦੇ ਸੀ ਨਾ ਜੁੱਤੀ ਫਿਰਨ ਲੁੱਟਣ ਵਾਸਤੇ, ਇਹਨਾਂ ਨੂੰ ਇਹਨਾਂ ਦੇ ਮੂੰਹ 'ਚ ਥੁੱਕਿਆ ਜਾਂਦਾ ਸੀ। ਮਾਵਾਂ ਭੈਣਾਂ ਦੀਆਂ ਵਿਖਦੀਆਂ ਸੀ, ਆਪਣੇ ਆਪ ਪੇਸ਼ ਕਰ ਦਿੰਦੇ ਸੀ ਸਾਰਾ ਨਚਾਉਣ ਦੇ ਲਈ ਆਪਣੇ ਆਪ, ਆਪਣੇ ਆਪ ਇੰਨੀ ਕੁ ਇੱਜ਼ਤ ਹੈ। ਹੁਣ ਮੈਨੂੰ ਨਹੀਂ ਪਤਾ ਕਿਹੜਾ ਬੰਦਾ ਉਹ ਇਹ ਕਹਾਉਣ 'ਚ ਫਕਰ ਮਹਿਸੂਸ ਕਰਦਾ ਹੈ ਕਿ ਆਇਮ ਖਾਲਿਸਤਾਨੀ, ਜਾਂ ਇਹ ਇੱਕ ਕਹਾਉਣ ਦੇ ਵਿੱਚ ਫਕਰ ਮਹਿਸੂਸ ਕਰਦਾ ਕਿ ਮੈਂ ਹਿੰਦੁਸਤਾਨੀ ਹੈ। ਇੱਕ ਹੋਰ ਮਸਲਾ ਦੀ ਆਪਾਂ ਗੱਲ ਕਰ ਲਈਏ, ਤੁਹਾਨੂੰ ਸਭ ਨੂੰ ਪਤਾ ਬੀਬੀ ਜਗੀਰ ਕੌਰ, ਬੀਬੀ ਜਗੀਰ ਕੌਰ ਕਹਿੰਦੇ ਜੀ ਬਰੀ ਹੋ ਗਈ। ਕਿਹਨੇ ਬਰੀ ਕੀਤੀ? ਹਿੰਦੁਸਤਾਨ ਦੇ ਕਾਨੂੰਨ ਨੇ, ਹਿੰਦੁਸਤਾਨ ਦੇ ਸਿਸਟਮ ਨੇ। ਕਿਹਨੇ ਲਿਖਿਆ ਜੀ ਕਾਨੂੰਨ, ਸੰਵਿਧਾਨ ਕਿਹਨੇ ਲਿਖਿਆ? ਬਾਬਾ ਜੀ ਅੰਬੇਦਕਰ, ਪ੍ਰੋਫੈਸਰ ਪਰਵਾਨਾ, ਡਾਕਟਰ ਸੰਵਿਧਾਨ ਲਿਖਿਆ। ਉਹ ਸੰਵਿਧਾਨ, ਉਸ ਕਾਨੂੰਨ, ਉਸ ਸਿਸਟਮ ਦੇ ਰਾਹੀਂ ਬੀਬੀ ਜਗੀਰ ਕੌਰ ਅਤੇ ਇਲਜ਼ਾਮ ਉਹਦੇ 'ਤੇ ਕੌਣ ਲਾਉਂਦੇ ਰਹੇ ਨੇ? ਬੈਂਸ ਵਰਗੇ, ਖੈਰੇ ਵਰਗੇ, ਦੂਜੇ ਤੀਜੇ ਕਾਂਗਰਸੀ ਫਲਾਨਾ ਧਿਮਕਾ ਜੇ ਵੋ ਕਹਿੰਦੇ ਜੀ ਅਸੀਂ ਹਿੰਦੁਸਤਾਨ ਦੇ ਸੰਵਿਧਾਨ 'ਚ ਸਾਨੂੰ ਬੜਾ ਵਿਸ਼ਵਾਸ ਹੈ, ਅਸੀਂ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਇਨਕਲਾਬ ਲਿਆਏਂਗੇ। ਅਤੇ ਉਹੀ ਹਿੰਦੁਸਤਾਨ ਦੇ ਸੰਵਿਧਾਨ, ਉਸੇ ਹਿੰਦੁਸਤਾਨ ਦੇ ਕਾਨੂੰਨ ਨੇ ਬੀਬੀ ਜਗੀਰ ਕੌਰ ਨੂੰ ਬਰੀ ਕੀਤਾ। ਬਈ ਮੰਨੋ ਫਿਰ ਕਾਨੂੰਨ ਨੂੰ, ਹੁਣ ਅਸੀਂ ਤਾਂ ਨਹੀਂ ਮੰਨਦੇ, ਅਸੀਂ ਤਾਂ ਰੈਫਰੈਂਡਮ ਦੇ ਹੱਕ ਵਿੱਚ ਹਾਂ, ਅਸੀਂ ਹਿੰਦੁਸਤਾਨ ਦੇ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ, ਅਸੀਂ ਇੰਟਰਨੈਸ਼ਨਲ ਲਾਅ ਨੂੰ ਮੰਨਦੇ ਹਾਂ। ਇਸ ਕਰਕੇ ਇੰਟਰਨੈਸ਼ਨਲ ਕਾਨੂੰਨ ਮੁਤਾਬਕ ਰੈਫਰੈਂਡਮ ਕਰਵਾ ਕੇ ਪੰਜਾਬ ਨੂੰ, ਪੰਜਾਬੀਆਂ ਨੂੰ, ਸਭ ਸਿੱਖ ਮੁਸਲਮਾਨ ਹਿੰਦੂ ਸਭ ਨੂੰ ਹਿੰਦੁਸਤਾਨ ਦੇ ਇਸ ਗੰਦੇ ਸਿਸਟਮ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ। ਪਰ ਉਹ ਲੋਕ ਜਿਹੜੇ ਹਜੇ ਵੀ ਬੈਠੇ ਨੇ ਕਿ ਅਸੀਂ ਹਿੰਦੁਸਤਾਨ ਦੇ ਮੁਤਾਬਕ ਇਹ ਕਰਾਂਗੇ, ਵੋ ਕਰਾਂਗੇ, ਸ਼੍ਰੋਮਣੀ ਕਮੇਟੀ 'ਚੋਂ ਕਬਜ਼ਾ ਕਰ ਲਾਂਗੇ, ਬਾਦਲ ਕੋ ਅੰਦਰ ਕਰ ਦੇਂਗੇ, ਸੈਣੀ ਕੋ ਉੱਧਰ ਕਰ ਦੇਂਗੇ, ਰੋੜੇ ਕੋ ਇੱਧਰ ਕਰ ਦੇਂਗੇ, ਉਹ ਭਾਈ ਜਵਾਬ ਦੇਣ। ਅੱਜ ਹਿੰਦੁਸਤਾਨ ਦੀਆਂ ਅਦਾਲਤਾਂ ਨੇ, ਹਿੰਦੁਸਤਾਨ ਦੇ ਕਾਨੂੰਨ ਨੇ, ਹਿੰਦੁਸਤਾਨ ਦੇ ਸਿਸਟਮ ਨੇ ਬੀਬੀ ਜਗੀਰ ਕੌਰ ਨੂੰ ਰਿਹਾ ਕਰ ਦਿੱਤਾ। ਫਿਰ ਮੰਨੋ ਫੈਸਲਾ ਬਾਈ, ਮੰਨੋ ਫੈਸਲਾ। ਹੁਣ ਜਾਂ ਤਾਂ ਫੈਸਲਾ ਮੰਨੋ, ਬੀਬੀ ਤੋਂ ਮਾਫ਼ੀ ਮੰਗੋ ਜਿੰਨੇ ਬਕਵਾਸ ਕਰਦੇ ਸੀ ਕੁੱਤੇ, ਅਤੇ ਜਾਂ ਫਿਰ ਕਹੋ ਕਿ ਸਾਨੂੰ ਹਿੰਦੁਸਤਾਨ ਦੇ ਕਾਨੂੰਨ, ਸਿਸਟਮ, ਸੰਵਿਧਾਨ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈ, ਅਸੀਂ ਹੁਣ ਰੈਫਰੈਂਡਮ ਦੇ ਹੱਕ ਵਿੱਚ ਹੈ, ਅਸੀਂ ਇੰਟਰਨੈਸ਼ਨਲ ਲਾਅ ਮੁਤਾਬਕ ਵੋਟਾਂ ਕਰਵਾਉਣੀਆਂ, ਰੈਫਰੈਂਡਮ ਕਰਵਾਉਣਾ ਪੰਜਾਬ ਦੇ ਅੰਦਰ, ਕਿਉਂਕਿ ਇੱਥੇ ਕਾਤਲ ਬੀਬੀ ਜਗੀਰ ਕੌਰ ਵਰਗੇ ਛੁੱਟ ਜਾਂਦੇ ਨੇ, ਇੱਥੇ ਕਾਤਲ ਲੋਕ PM ਬਣਦੇ ਨੇ, ਇੱਥੇ ਕਾਤਲ ਲੋਕ ਮੈਂਬਰ ਪਾਰਲੀਮੈਂਟ ਬਣਦੇ ਨੇ, ਇੱਥੇ ਰੇਪਿਸਟ ਲੋਕਾਂ ਦੇ ਭਰਾ MP ਬਣ ਜਾਂਦੇ ਨੇ। ਇਸ ਕਰਕੇ ਅਸੀਂ ਇਸ ਸਿਸਟਮ ਨੂੰ, ਇਸ ਗੰਦੇ ਕਾਨੂੰਨ ਨੂੰ ਨਹੀਂ ਮੰਨਦੇ, ਨਹੀਂ ਮੰਨਦੇ ਅਸੀਂ ਇਸ ਗੰਦੇ ਕਾਨੂੰਨ ਨੂੰ। ਪਰ ਅਗਰ ਅੱਜ ਵੀ ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਹੋਵੇ, ਚਾਹੇ ਕੋਈ ਦੂਜੀ ਪਾਰਟੀ ਵਾਲਾ, ਕੋਈ ਤੀਜੀ ਪਾਰਟੀ ਵਾਲਾ, ਜਿਹੜਾ ਅੱਜ ਵੀ ਉਸ ਸਿਸਟਮ ਦੇ ਵਿੱਚੋਂ, ਇਹ ਕਾਨੂੰਨ ਦੇ ਵਿੱਚੋਂ ਇਨਸਾਫ ਦੀ ਬਕਵਾਸ ਕਰੀ ਬੈਠਾ, ਲੋਕਾਂ ਨੂੰ ਬੇਵਕੂਫ ਬਣਾ ਰਿਹਾ,
ਕਿ ਅਸੀਂ ਫਲਾਨਾ ਕਮਿਸ਼ਨ ਰਾਹੀਂ ਬਾਦਲਾਂ ਨੂੰ ਅੰਦਰ ਕਰਾ ਦਿਆਂਗੇ, ਅਸੀਂ ਸੈਣੀ ਨੂੰ ਅੰਦਰ ਕਰਾ ਦਿਆਂਗੇ, ਅਸੀਂ ਰੋੜੇ ਨੂੰ ਅੰਦਰ ਕਰਾ ਦਿਆਂਗੇ। ਉਹ ਝੂਠ ਬੋਲ ਰਿਹਾ, ਸਾਲਾ ਝੂਠ ਬੋਲ ਰਿਹਾ। ਕੋਈ ਵੀ ਹੋਵੇ, ਸਭ ਸਾਲੇ ਝੂਠ ਬੋਲਦੇ ਨੇ। ਇਕੱਲੇ ਇਕੱਲੇ ਦਾ ਨਾਂ ਲੈਣ ਦੀ ਲੋੜ ਨਹੀਂ ਹੈ, ਸਭ ਸਾਲੇ ਗੱਪੀ ਨੇ, ਝੂਠੇ ਨੇ, ਪਖੰਡੀ ਨੇ, ਤੁਹਾਨੂੰ ਬੇਵਕੂਫ ਬਣਾ ਰਹੇ ਨੇ। ਅੱਜ ਉਹਨਾਂ ਨੂੰ ਹਿੰਦੁਸਤਾਨ ਦਾ ਇੱਕ ਕਾਨੂੰਨ ਬਾਈ ਜੀ ਮੰਨਣਾ ਪਊਗਾ, ਬੀਬੀ ਜਗੀਰ ਕੌਰ ਦਾ ਆਇਆ ਫੈਸਲਾ ਮੰਨਣਾ ਪਊਗਾ, ਮੰਨਣਾ ਪਊਗਾ। ਸਹੀ ਹੈ ਗੱਲ, ਸਹੀ ਆ। ਬਾਅਦ 'ਚ ਨਾ ਇੱਥੇ ਕੋਈ ਪੰਡਤਾਣੀ ਜੀ ਆ ਕੇ ਕਿਵੇਂ ਐਂ ਹੋ ਗਿਆ, ਜਿਉਂ ਹੋ ਗਿਆ। ਹੁਣ ਅਗਰ ਸਹੀ ਨਹੀਂ ਲੱਗਦਾ ਤਾਂ ਇੱਥੇ ਹੁਣ ਮੇਰੇ ਨਾਲ ਗੱਲ ਕਰ ਲਓ ਲਾਈਵ 'ਤੇ। ਪਰ ਮੈਂ ਪਹਿਲਾਂ ਵੀ ਦੱਸਿਆ ਕਿ ਸ਼ਰਤਾਂ ਮੇਰੀਆਂ ਦੋ ਆ ਮੇਰੇ ਨਾਲ ਲਾਈਵ 'ਤੇ ਜਿਹਨੇ ਗੱਲ ਕਰਨੀ ਹੈ। ਜ਼ਰੂਰੀ ਨਹੀਂ ਹੈ ਕਿ ਉਹ ਮੇਰੀਆਂ ਗੱਲਾਂ ਨਾਲ ਸਹਿਮਤ ਹੋਵੇ, ਇਹ ਕੋਈ ਲੋੜ ਨਹੀਂ ਹੈ। ਉਹ ਖਾਲਿਸਤਾਨ ਦਾ ਐਂਟੀ ਵੀ ਹੋ ਸਕਦਾ, ਪਰ ਸਿੱਖ ਕੌਮ ਦਾ ਐਂਟੀ ਨਹੀਂ ਹੋਣਾ ਚਾਹੀਦਾ। ਉਹ ਬੰਦਾ ਕਿਸੇ ਵੀ ਧਰਮ 'ਚੋਂ ਹੋ ਸਕਦਾ, ਪਰ ਪੰਜਾਬ ਦੇ ਖਿਲਾਫ ਨਹੀਂ ਹੋਣਾ ਚਾਹੀਦਾ। ਉਹ ਬੰਦਾ ਹਿੰਦੁਸਤਾਨ ਦਾ ਗੁਲਾਮ ਰਹਿਣਾ ਤਾਂ ਰਹਿ ਸਕਦਾ, ਪਰ ਪੰਜਾਬ ਦੀ ਆਜ਼ਾਦੀ ਦੇ ਖਿਲਾਫ ਬੋਲਣ ਵਾਲਾ ਨਹੀਂ ਹੋਣਾ ਚਾਹੀਦਾ। ਜੇ ਨਾ ਬੰਦਿਆਂ ਵਾਲਾ ਹੋਵੇ ਤਾਂ ਆਵਾਜ਼ ਵੀ ਬੰਦਿਆਂ ਵਾਲੀ ਹੋਣੀ ਚਾਹੀਦੀ ਹੈ, ਫਿਰ ਮੈਂ ਗੱਲ ਕਰੂੰਗਾ। ਹਾਂ, ਜੇ ਨਾ ਬੁੜੀਆਂ ਵਾਲਾ ਅਤੇ ਆਵਾਜ਼ ਬੁੜੀਆਂ ਵਾਲੀ, ਮੈਂ ਫਿਰ ਵੀ ਗੱਲ ਕਰੂੰਗਾ। ਪਰ ਸਾਲਾ ਆਈਡੀ ਬੰਦਿਆਂ ਵਾਲੀ ਹੋਵੇ, ਨਾ ਬੰਦਿਆਂ ਵਾਲਾ ਹੋਵੇ ਅਤੇ ਆਵਾਜ਼ ਹੋਵੇ ਬੁੜੀਆਂ ਵਾਲੀ, ਫਿਰ ਮੈਂ ਗੱਲ ਨਹੀਂ ਕਰਦਾ। ਇਨਸਲਟ ਫੀਲ ਕਰਦਾ ਮੈਂ, ਇਨਸਲਟ ਫੀਲ ਕਰਦਾ ਮੈਂ ਬਾਈ ਜੀ। ਮੈਨੂੰ ਕਿਸੇ ਮੋਰਚੇ ਮਾਰਚੇ ਦਾ ਨਹੀਂ ਪਤਾ, ਮੈਂ ਕਿਸ ਦਾ ਨਾਂ ਨਹੀਂ ਲੈ ਰਿਹਾ, ਪਰ ਇਟਸ ਵੈਰੀ ਕਲੀਅਰ ਕਿ ਹਿੰਦੁਸਤਾਨ ਦੇ ਸਿਸਟਮ ਨੇ, ਕਾਨੂੰਨ ਨੇ ਬੀਬੀ ਜਗੀਰ ਕੌਰ ਨੂੰ ਰਿਹਾਅ ਕਰ ਦਿੱਤਾ। ਅਗਰ ਤੁਸੀਂ ਅੱਜ ਵੀ ਹਿੰਦੁਸਤਾਨ ਦੇ ਕਾਨੂੰਨ ਔਰ ਸਿਸਟਮ ਦੇ ਵਿੱਚ ਵਿਸ਼ਵਾਸ ਕਰੀ ਬੈਠੇ ਹੈ, ਜਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੈ ਕਿ ਫਲਾਨੀ ਰਿਪੋਰਟ ਆ ਗਈ, ਫਲਾਨਾ ਕਮਿਸ਼ਨ ਬਿਠਾ ਤਾ, ਐਂ ਹੋਜੂ, ਜਿਉਂ ਹੋਜੂ, ਇਹਦਾ ਮਤਲਬ ਤੁਸੀਂ ਬੇਵਕੂਫ ਹੈ, ਜਾਂ ਤੁਸੀਂ ਬੇਵਕੂਫ ਬਣਾ ਰਹੇ ਹੈ, ਅਤੇ ਜਾਂ ਬੰਦੇ ਬਣ ਕੇ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨੋ। ਕਹੋ ਵੀ ਬੀਬੀ ਜਗੀਰ ਕੌਰ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ, ਉਹ ਤਾਂ ਜੀ ਕਲੀਨ ਚਿੱਟ ਲੈ ਕੇ ਆਏ ਨੇ, ਕਲੀਨ ਚਿੱਟ ਲੈ ਕੇ ਆਏ ਨੇ, ਨਹੀਂ ਲੈ ਕੇ ਦੱਸ ਦਿਓ ਬਾਈ ਜੀ। ਅੱਜ 1, 2, 3, 4, 5, 7 ਵਾਲੇ ਗੱਲਾਂ ਛੱਡ ਦਿਓ। ਇੱਕ ਮੈਂ ਗੱਲ ਹੋਰ ਤੁਹਾਨੂੰ ਕਹਿ ਦਾਂ, ਇਹ ਦਿਮਾਗ 'ਚੋਂ ਕੱਢ ਦਿਓ ਕਿ ਬਾਦਲਾਂ ਦਾ ਵਿਰੋਧੀ ਜਾਂ ਬਾਦਲਾਂ ਦੇ ਖਿਲਾਫ ਬੋਲਣ ਵਾਲਾ ਹਰ ਬੰਦਾ ਤੁਹਾਡੀ ਆਜ਼ਾਦੀ ਚਾਹੁੰਦਾ। ਬਾਦਲਾਂ ਦੇ ਖਿਲਾਫ ਬੋਲਣ ਵਾਲਾ ਉਹ ਵੀ ਹੋ ਸਕਦਾ ਜਿਹੜਾ ਸਿਰਫ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਚਾਹੁੰਦਾ ਹੋਵੇ। ਬਾਦਲਾਂ ਦੇ ਖਿਲਾਫ ਬੋਲਣ ਵਾਲਾ ਉਹ ਵੀ ਹੋ ਸਕਦਾ ਜਿਹੜਾ ਪੰਜਾਬ ਦੇ ਵਿੱਚ ਕੋਈ ਆਪਣਾ ਪੋਲੀਟੀਕਲੀ ਫਾਇਦਾ ਲੱਭਦਾ ਹੋਵੇ, ਪਰ ਉਹਨੂੰ ਤੁਹਾਡੀ ਕੌਮ ਦਾ ਜਾਂ ਪੰਜਾਬ ਦਾ ਫਿਕਰ ਹੋਵੇ, ਇਹ ਜ਼ਰੂਰੀ ਨਹੀਂ ਹੈ। ਤੁਸੀਂ ਆਪਣੇ ਆਪ ਦੇਖਿਆ, ਇੱਕ ਦੋ ਦੀਆਂ ਉਦਾਹਰਨਾਂ ਮੈਂ ਦੇ ਜਾਂਦਾ। ਸ਼ਸ਼ੀ ਕਾਂਤ, ਐਕਸ DGP ਪੰਜਾਬ ਪੁਲਿਸ, ਲੋਕਾਂ ਨੇ ਤਾਂ ਸਰੋਪੇ ਹੀ ਪਾਤੇ ਉਹਦੇ ਗਲਾਂ ਵਿੱਚ, ਗੁਰਦੁਆਰਿਆਂ 'ਚ ਵੀ ਬੁਲਾਇਆ ਗਿਆ, ਕਹਿੰਦੇ ਜੀ ਬੰਦਾ ਬਹੁਤ ਗੁੱਡ ਹੈ, ਕਹਿੰਦੇ ਜੀ ਕਿਵੇਂ ਗੁੱਡ ਹੈ, ਕੀ ਪਰੂਫ ਹੈ, ਕਹਿੰਦਾ ਜੀ ਉਹ ਬਾਦਲਾਂ ਦੇ ਖਿਲਾਫ਼ ਬਹੁਤ ਬੋਲਦਾ, ਬਾਦਲਾਂ ਦੇ ਖਿਲਾਫ਼ ਬੋਲਿਆ, ਕੀ ਬੋਲਿਆ, ਉਹ ਕਹਿੰਦਾ ਜੀ ਸੁਖਬੀਰ ਬਾਦਲ ਨੇ ਖੁਦ ਚੋਲਾ ਬਣਾਇਆ ਸੀ, ਜਿਹੜਾ ਚੋਲਾ ਸਰਸੇ ਵਾਲੇ ਸਾਧ ਨੇ
ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਟਾਈਮ ਪਹਿਨਿਆ ਅਤੇ ਅਸੀਂ ਤਾਂ ਚੱਕ ਲਿਆ। ਅੱਜ ਉਹ ਹੋਈ ਡੀ ਜੀ ਪੀ ਪੰਜਾਬ ਪੁਲਿਸ ਸ਼ਸ਼ੀਕਾਂਤ, ਤੁਹਾਡੇ ਪੰਜਾਬ ਦੀ ਆਜ਼ਾਦੀ ਦੇ ਖਿਲਾਫ, ਪੰਜਾਬੀਆਂ ਦੀ ਆਜ਼ਾਦੀ ਦੇ ਖਿਲਾਫ, ਕੌਮ ਦੀ ਆਜ਼ਾਦੀ ਦੇ ਖਿਲਾਫ, ਉਹਨਾਂ ਹੀ ਕਾਤਲਾਂ ਦੇ ਨਾਲ ਬੈਠਾ। ਕਹਿੰਦਾ ਰੈਫਰੈਂਡਮ ਦੀ ਲੜਾਈ ਨੂੰ, ਰੈਫਰੈਂਡਮ ਦੀ ਮੁਹਿੰਮ ਨੂੰ ਰੋਕੋ। ਹਿੰਦੁਸਤਾਨ ਦੀ ਫੌਜ ਦਾ ਮੁਖੀ ਕਹਿ ਰਿਹਾ ਹਿੰਦੁਸਤਾਨ ਦਾ ਕਿ ਰੈਫਰੈਂਡਮ ਨੂੰ ਰੋਕੋ। ਸ਼ਸ਼ੀਕਾਂਤ ਕਹਿ ਰਿਹਾ, ਜੇ ਐਫ ਰਬੈਰੋ ਜਿਨ੍ਹਾਂ ਨੇ ਸ਼ਿਕਾਰ ਕੀਤੇ ਆ ਪੰਜਾਬ ਦੇ ਮੁੰਡਿਆਂ ਦੇ, ਉਹ ਕਹਿ ਰਿਹਾ। ਹਿੰਦੁਸਤਾਨ ਦੀ ਸਰਕਾਰ ਕਹਿ ਰਹੀ ਆ, ਮਿੱਤਰੋ ਅੱਜ ਦੋ ਹੀ ਗੱਲਾਂ ਕੱਢ ਦਿਓ ਦਿਮਾਗ ਦੇ ਵਿੱਚੋਂ, ਆ ਬਾਦਲ ਬੂਦਲ ਕੱਢ ਦਿਓ, ਦੋ ਹੀ ਗੱਲਾਂ। ਇੱਕ ਉਹ ਲੋਕ ਨੇ ਜਿਹੜੇ ਰੈਫਰੈਂਡਮ ਕਰਵਾ ਕੇ ਪੰਜਾਬ ਦੀ ਆਜ਼ਾਦੀ, ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਤੁਹਾਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਕਿਸਾਨਾਂ ਦਾ ਕਤਲੇਆਮ ਬੰਦ ਕਰਾਉਣਾ ਚਾਹੁੰਦੇ ਨੇ, ਤੁਹਾਡੇ ਨਾਲ ਹੋ ਰਿਹਾ ਧੱਕਾ ਬੰਦ ਕਰਾਉਣਾ ਚਾਹੁੰਦੇ ਨੇ, ਉਹ ਇੱਕੋ ਇੱਕ ਹੱਲ ਹੈ ਹਿੰਦੁਸਤਾਨ ਤੋਂ ਆਜ਼ਾਦੀ। ਉਹ ਰੈਫਰੈਂਡਮ 2020 ਦੀ ਗੱਲ ਕਰਦੇ ਨੇ ਅਤੇ ਦੂਸਰੇ ਪਾਸੇ ਤੁਹਾਨੂੰ ਬੁੱਧੂ ਬਣਾ ਰਹੇ ਨੇ, ਬੁੱਧੂ ਬਣਾ ਰਹੇ ਨੇ, ਕੋਈ ਜ਼ਿਆਦਾ ਬੁੱਧੂ ਬਣਾ ਰਹੇ ਨੇ। ਉਹ ਕਹਿੰਦੇ ਵਿਕਾਸ ਦੀ ਗੱਲ ਕਰੋ, ਬਾਕੀ ਛੱਡੋ, ਬਾਦਲ ਬਾਦਲ ਬਾਦਲ, ਹੋਰ ਬੁੱਧੂ ਬਣਾ ਰਹੇ ਨੇ। ਕਹਿੰਦੇ ਅਸੀਂ ਤੁਹਾਨੂੰ 84 'ਚ ਕਤਲ ਕੀਤਾ ਸੀ ਟੈਂਕਾਂ ਰਾਹੀਂ, ਅਸੀਂ ਕਾਂਗਰਸ ਵਾਲੇ ਹਾਂ, ਹੁਣ ਸਾਨੂੰ ਵੋਟਾਂ ਦਿਓ। ਕਿਉਂ ਦਿਓ? ਅਸੀਂ ਦੋਨਾਂ ਬਾਦਲਾਂ ਨੂੰ ਫੜ ਕੇ ਅੰਦਰ ਕਰ ਦਿਆਂਗੇ। ਆ ਰਣਜੀਤ ਕਮਿਸ਼ਨ ਆ ਗਿਆ, ਆ ਫਲਾਨਾ ਕਮਿਸ਼ਨ ਆ ਗਿਆ, ਇੱਕ ਹੋਰ ਗਰੁੱਪ ਤੁਰਿਆ ਫਿਰਦਾ। ਉਹ ਕਹਿੰਦੇ ਜੀ ਇਹਨਾਂ ਨੇ ਇਹਨਾਂ ਨੂੰ ਫੜਿਆ ਨਹੀਂ, ਇਹ ਦੋਨੇ ਇੱਕੋ ਜਿੱਕੇ ਹੈ, ਸਾਨੂੰ ਵੋਟਾਂ ਦਿਓ, ਅਸੀਂ ਪੰਜਾਬ ਦਾ ਭਲਾ ਕਰਾਂਗੇ। ਪਰ ਤੁਹਾਡੀ ਆਜ਼ਾਦੀ ਵਾਲੇ ਨਹੀਂ ਬੋਲਦੇ, ਤੁਹਾਡੇ ਕਤਲਾਂ ਦੇ ਖਿਲਾਫ਼ ਨਹੀਂ ਬੋਲਦੇ। ਜੇ ਕੋਈ ਬੋਲਿਆ ਇੱਕ ਅੱਧਾ ਸਾਲਾ, ਦੂਜੇ ਦਿਨ ਮੁੱਕਰ ਗਿਆ, ਇੱਕ ਹੋਰ ਤੁਰੇ ਫਿਰਦੇ ਆ। ਕਹਿੰਦੇ ਜੀ ਅਸੀਂ ਸੁਖਬੀਰ ਬਾਦਲ ਨੂੰ, ਫਲਾਨੇ ਬਾਦਲ ਨੂੰ, ਸੈਣੀ ਨੂੰ, ਦੂਜੇ ਨੂੰ, ਤੀਜੇ ਨੂੰ ਅੰਦਰ ਕਰਾ ਦਿਆਂਗੇ। ਬਸ ਤਿੰਨ ਹੀ ਬੰਦੇ ਕਾਤਲ ਆ, 3.5 ਲੱਖ ਸਿੱਖਾਂ ਦਾ ਕਤਲ ਹੋ ਗਿਆ, ਇਹ ਤਿੰਨ ਅੰਦਰ ਕਰਾ ਦਿਓ, ਕਹਾਣੀ ਖਤਮ। ਟੈਂਕ ਚਾੜ ਦਿੱਤੇ ਗਏ। ਉਹ ਵੀ ਮਿੱਤਰੋ ਤੁਹਾਡੀ ਆਜ਼ਾਦੀ ਦੀ ਗੱਲ ਨੂੰ ਭੁਲਾਉਣ ਵਾਲਿਆਂ ਦੇ ਨਾਲ ਹੀ ਤੁਰੇ ਹੋਏ ਨੇ, ਕਿਉਂਕਿ ਕਿਸੇ ਦਾ ਮਕਸਦ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ, ਕਿਸੇ ਦਾ ਮਕਸਦ ਪੰਜਾਬ ਸਰਕਾਰ 'ਤੇ ਕਬਜ਼ਾ ਕਰਨਾ, ਇਸ ਤੋਂ ਉੱਪਰ ਕੋਈ ਨਹੀਂ। ਸਭ ਸਾਲੇ ਨੇ ਭੈਣ ਚੋ, ਸਭ ਸਭ। ਇਸ ਕਰਕੇ ਬਾਈ ਜੀ ਦੋ ਹੀ ਗਰੁੱਪ ਨੇ, ਇੱਕ ਤੁਹਾਡੀ ਆਜ਼ਾਦੀ ਦੀ ਗੱਲ ਕਰਨ ਵਾਲੇ ਰੈਫਰੈਂਡਮ 2020 ਸਿੱਖ ਫਾਰ ਜਸਟਿਸ, ਅਤੇ ਦੂਸਰੇ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੀ ਆਜ਼ਾਦੀ ਦੇ ਖਿਲਾਫ ਹਿੰਦੁਸਤਾਨ ਕਾਤਲ ਦੇ ਹੱਕ ਵਿੱਚ ਖੜਨ ਵਾਲੇ ਲੋਕ। ਇਸ ਤੋਂ ਅਗਲਾ ਵਿੱਚ ਵਿਚਾਲਾ ਕੋਈ ਨਹੀਂ ਹੈ, ਹੁਣ ਕੋਈ ਵਿੱਚ ਵਿਚਾਲਾ ਨਹੀਂ ਹੈ। 1947 ਤੋਂ ਲੈ ਕੇ 2020 ਤੱਕ ਤੁਸੀਂ ਆਪਣੇ ਦਿਮਾਗ ਤੋਂ ਕੰਮ ਲਵੋ। ਇੱਥੇ ਰੋਡ ਸ਼ੋਅ ਹੋ ਰਹੇ ਨੇ, ਇੱਥੇ ਫਲਾਨਾ ਹੋ ਰਿਹਾ, ਧਮਕਾ ਹੋ ਰਿਹਾ, ਔਰ ਸਭ ਸਾਨੂੰ ਬੇਵਕੂਫ ਬਣਾਉਣ ਦੀਆਂ ਗੱਲਾਂ, ਬੇਵਕੂਫ ਬਣਾਉਣ ਦੀਆਂ ਗੱਲਾਂ ਨੇ। ਬਾਈ ਜੀ ਬਿਨਾਂ ਗੱਲਬਾਤ ਤੋਂ ਤੁਹਾਡੇ ਨਾਲ ਆਪਾਂ ਲਾਈਵ ਕੀਤਾ ਅੱਜ ਦਾ, 100 ਬੰਦਾ ਜੁੜਿਆ, ਦਿਲ ਕੀਤਾ ਤਾਂ ਸ਼ੇਅਰ ਕਰ ਦਿਓ, ਨਾ ਦਿਲ ਕੀਤਾ ਤਾਂ ਡਿਲੀਟ ਕਰ ਦਿਓ। ਨਾ ਕਿਸੇ ਤੋਂ ਕੁਛ ਲੈਣਾ, ਨਾ ਕਿਸੇ ਨੂੰ ਕੁਛ ਦੇਣਾ, ਗੱਲ ਸੱਚ ਦੀ ਕਰਦੇ ਆਏ ਹਾਂ ਅਤੇ ਸੱਚ ਦੀ ਕਰ ਰਹੇ ਹਾਂ ਤਾਂ ਸੱਚ ਦੀ ਕਰਾਂਗੇ। ਤੁਹਾਨੂੰ ਅਗਰ ਸਮਝ ਅੱਜ ਆ ਗਈ ਤਾਂ ਅੱਜ ਨਾਲ ਰਲ ਜਾਓਗੇ, ਅਤੇ ਕੱਲ੍ਹ ਨੂੰ ਆ ਗਈ ਤਾਂ ਕੱਲ੍ਹ ਨੂੰ ਰਲ ਜਾਓਗੇ। ਮੈਨੂੰ ਯਾਦ ਆ ਅੱਜ ਤੋਂ 8-7 ਸਾਲ ਪਹਿਲਾਂ
ਬੜੇ ਲੋਕ ਸਾਡੀ ਵਿਚਾਰਧਾਰਾ ਦੇ ਖਿਲਾਫ ਸੀ। ਕਹਿੰਦੇ ਕਿਉਂ ਕੰਜਰੀ ਵਾਲੇ ਲਾਲੇ ਦੇ ਖਿਲਾਫ ਬੋਲਦਾ ਤੁਸੀਂ ਬਾਦਲਾਂ ਨੂੰ ਜਿਤਾਉਣਾ। ਬਥੇਰਾ ਦੱਸਿਆ ਉਹ ਬਾਦਲਾਂ ਬੂਦਲਾਂ ਦਾ ਮਕਸਦ ਨਹੀਂ ਹੈ। ਬਾਦਲ ਕਿਹਨੇ ਪੈਦਾ ਕੀਤੇ ਨੇ? ਹਿੰਦੁਸਤਾਨ ਸਰਕਾਰ ਦੇ ਨਹੀਂ, ਹਿੰਦੁਸਤਾਨ ਸਟੇਟ ਨੇ। ਅਤੇ ਜਿਹੜੇ ਹਿੰਦੁਸਤਾਨ ਸਟੇਟ ਦੇ ਹੱਕ ਵਿੱਚ ਬੋਲਣ ਵਾਲੇ, ਚਾਹੇ ਕੰਜਰੀ ਵਾਲਾ ਲਾਲਾ ਹੋਵੇ, ਚਾਹੇ ਖਹਿਰਾ ਹੋਵੇ, ਚਾਹੇ ਬੈਂਸ ਹੋਵੇ, ਚਾਹੇ ਮੈਂਸ ਹੋਵੇ, ਚਾਹੇ ਦੂਜਾ ਕੋਈ ਤੀਜਾ, ਕੀ ਫਰਕ ਹੈ ਵੀ? ਬਾਦਲਾਂ ਕੋਲ ਪੋਲੀਟੀਕਲ ਪਾਵਰ ਆ ਗਈ, ਇਹਨਾਂ ਕੋਲ ਆਈ ਨਹੀਂ। ਇਸ ਕਰਕੇ ਬੇਵਕੂਫ ਬਣਨਾ ਛੱਡੋ। ਇਹ ਸਾਰੇ ਹੀ ਦੇ ਸਾਰੇ ਸਾਲੇ ਚਿੱਟੇ ਵੱਟੇ ਨੇ, ਕਾਤਲ ਹਿੰਦੁਸਤਾਨ ਦੇ। ਕੋਈ ਲੋੜ ਨਹੀਂ ਆਹ ਸ਼੍ਰੋਮਣੀ ਕਮੇਟੀ 'ਚ ਕੌਣ ਬੈਠਾ, ਪੰਜਾਬ ਸਰਕਾਰ 'ਚ ਕੌਣ ਬੈਠਾ, ਦੂਜਾ ਤੀਜਾ। ਅੱਜ ਮੈਂ ਇੱਕ ਖਬਰ ਜੀ ਪੜ੍ਹਦਾ ਪਿਆ ਸੀ, ਕਹਿੰਦੇ ਜੀ ਗੁਰਪਤਵੰਤ ਸਿੰਘ ਪੰਨੂ ਨੂੰ ਅਮੈਰੀਕਾ ਤੋਂ ਹਿੰਦੁਸਤਾਨ ਲਿਆਉਣ ਦੀ ਸਕੀਮ ਸ਼ੁਰੂ ਹੋ ਗਈ। ਉਹ ਸਕੀਮ ਸਾਲਿਓ, ਇਹ ਸਕੀਮ ਕਾਹਦੀ ਆ? ਓਏ ਕਾਹਦੀ ਸਕੀਮ ਹੈ, ਸਕੀਮ ਕਾਹਦੀ ਆ? ਭੇਜੋ ਕੈਪਟਨ ਅਮਰਿੰਦਰ ਨੂੰ, ਨਾਲ ਰੋੜੇ ਨੂੰ ਭੇਜ ਦਿਓ। ਪੰਨੂ ਸਾਹਿਬ ਕੈਨੇਡਾ ਹੁੰਦੇ ਨੇ, ਅਮੈਰੀਕਾ ਹੁੰਦੇ ਨੇ, ਭੇਜ ਦਿਓ ਇੱਥੇ। ਜੇ ਦੋਨੇ ਵਾਪਸ ਆ ਗਏ ਤਾਂ ਕਹਿ ਦਿਓ, ਦੋਨੇ ਜੇਲ੍ਹ ਜਾਣਗੇ। ਉੱਦਾਂ ਹੀ ਬੇਵਕੂਫ ਬਣਾਈ ਜਾਂਦੇ ਸਾਲੇ, ਮੀਡੀਆ ਵਾਲੇ ਵੀ ਬੇਵਕੂਫ ਬਣਾਈ ਜਾਂਦੇ ਆ, ਆਹ ਪਾਰਟੀਆਂ ਵਾਲੇ ਵੀ ਬੇਵਕੂਫ ਬਣਾਈ ਜਾਂਦੇ ਆ। ਨਾਲੇ ਇੱਕ ਗੱਲ ਹੋਰ ਸੁਣ ਲਓ, ਮੈਂ ਦੇਖੋ ਵੀ ਆਰ ਟੋਟਲੀ ਅਗੇਂਸਟ ਦਾ ਵਾਇਲੈਂਸ, ਚਾਹੇ ਉਹ ਸਟੇਟ ਵੱਲੋਂ ਹੋਵੇ, ਚਾਹੇ ਆਮ ਲੋਕਾਂ ਵੱਲੋਂ ਹੋਵੇ, ਪਰ ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਖਾਸ ਕਰਕੇ ਹਿੰਦੁਸਤਾਨ ਦੀਆਂ ਪੋਲੀਟੀਕਲ ਪਾਰਟੀਆਂ ਵਾਲਿਆਂ ਨੂੰ। ਮਿੱਤਰੋ, ਮੈਨੂੰ ਜੋ ਲੱਗਦਾ, ਵਟ ਆਈ ਫੀਲ, ਤੁਹਾਡੇ ਚਪੇੜਾਂ ਪੈਣਗੀਆਂ। ਕੈਨੇਡਾ ਅਮਰੀਕਾ ਅੱਜ ਤਾਂ ਪੱਕੀਆਂ ਹੀ ਪੈਣਗੀਆਂ। ਮੈਨੂੰ ਜਦੋਂ ਤੱਕ ਲੱਗਦਾ ਲੋਕ ਪੰਜਾਬ 'ਚ ਵੀ ਕੁੱਟਣਗੇ, ਮੈਨੂੰ ਲੱਗਦਾ। ਮੈਂ ਨਹੀਂ ਚਾਹੁੰਦਾ ਇਹ ਹੋਵੇ, ਪਰ ਮੈਂ ਤੁਹਾਨੂੰ ਦੱਸ ਰਿਹਾ ਵਟ ਆਈ ਫੀਲ, ਮੈਨੂੰ ਲੱਗਦਾ ਤੁਹਾਡੇ ਚਪੇੜਾਂ ਪੈਣਗੀਆਂ। ਚਾਹੇ ਖਹਿਰਾ ਹੋਵੇ, ਚਾਹੇ ਬੈਂਸ ਹੋਵੇ, ਚਾਹੇ ਦੂਜਾ ਤੀਜਾ ਬਾਦਲ ਕੇ ਕਾਂਗਰਸੀ ਜੇ ਬੋ ਪੰਜਾ ਥੰਬਾ, ਤੁਹਾਡੇ ਮਿੱਤਰੋ ਚਪੇੜਾਂ ਪੈਣਗੀਆਂ, ਮੈਨੂੰ ਲੱਗਦਾ ਪਿਆ। ਆਹ ਮੈਨੂੰ ਸਮਝ ਨਹੀਂ ਲੱਗੀ ਵੀਰ ਜੀ, ਮੇਰਾ ਧਿਆਨ ਸਿਰਫ ਨਵੰਬਰ 2020 ਵੱਲ ਹੈ। ਠੀਕ ਹੈ ਜੀ, ਸੋ ਕਹਿਣਾ ਹੀ ਗੋ, ਹੁਣ ਜਾਵਾਂ ਮੈਂ। ਕਾਫੀ ਦਿਨ ਦੇ ਮੈਸੇਜੇ ਪਾਈ ਜਾਂਦੇ ਸੀ, ਲਾਈਵ ਨਹੀਂ ਹੁੰਦਾ, ਲਾਈਵ ਨਹੀਂ ਹੁੰਦਾ। ਆਹ ਕੌਣ ਆਪਣਾ ਤਾਣੀ ਹੀ ਆ ਕੇ ਬਹਿ ਗਈ ਨਾਲ ਪਰਲੇ ਪਾਸੇ। ਉਹ ਭਾਈ ਜਾਵਾਂ ਮੈਂ, ਬਹੁਤ ਅੱਜ ਦੀ ਗੱਲਬਾਤ, ਫਿਰ ਕਰਾਂਗੇ ਜਿੰਦਾ ਰਹੇ ਤਾਂ। ਜਿੰਦਾ ਰਹੇ ਤਾਂ ਫਿਰ ਮਿਲੇਂਗੇ, ਨਾ ਜਿੰਦਾ ਰਹੇ ਤਾਂ ਵੀਡੀਓ ਸੁਣ ਲੈਣਾ ਮਿੱਤਰੋ, ਵੀਡੀਓ ਸੁਣ ਲੈਣਾ ਮਿੱਤਰੋ। ਉਹ ਯਾਰ ਮੈਂ ਇਹਨਾਂ ਨੂੰ ਲੱਗਦਾ ਆਪਾਂ ਗਲਤ ਪੇਜ ਤੋਂ ਅੱਜ ਲਾਈਵ ਹੋ ਗਏ। ਉਹ ਕਿਸ ਪੇਜ ਤੋਂ ਲਾਈਵ ਆ ਮਿੱਤਰੋ? ਆ ਮੈਨੂੰ ਮੈਸੇਜ ਆਇਆ ਕਿਸੇ ਦਾ, ਆਪਾਂ ਮੇਰਾ ਖਿਆਲ ਕੈਨੇਡੀਅਨ ਪੰਜਾਬੀ ਪੋਸਟ ਤੋਂ ਲਾਈਵ ਹੋ ਗਏ ਅੱਜ। ਹਾਂ ਚਲੋ ਕੋਈ ਨਹੀਂ, ਸ਼ੇਅਰ ਕਰ ਦਿਓ ਉੱਧਰ।
ਸ਼ੇਅਰ ਕਰ ਦਿਓ ਫਿਰ, ਹੋਰ ਕੀ ਹੈ। ਹੋਰ ਮੈਂ ਗੁੱਡ ਨਾਈਟ ਸਰਦਾਰ ਸਿੰਘ ਜੀ ਕਹਿੰਦੇ ਗੁੱਡ ਨਾਈਟ, ਠੀਕ ਹੈ ਭਾਅ ਜੀ। ਅੱਛਾ ਕਨੇਡੀਅਨ ਤੋਂ ਹੋ ਗਏ, ਚਲੋ ਕੋਈ ਨਹੀਂ ਜੀ, ਕਨੇਡੀਅਨ। ਅੱਛਾ ਚਲੋ ਉਹਨਾਂ ਨੂੰ ਕਹਿ ਦਿਓ ਭਾਈ ਅਸੀਂ ਹੋ। ਦੇਖੋ ਲਾਲਿਆਂ ਦੇ ਪੰਡਤਾਂ ਦੇ ਕਿਵੇਂ ਚਲੂਣੇ ਲੜਦੇ ਆ, ਕਿਤੇ ਮੇਰਾ ਨੈੱਟ ਬੰਦ ਕਰਦੇ ਆ, ਕਿਤੇ ਕੁਛ ਕਰਦੇ ਆ, ਕਿਤੇ ਫੋਟੋ ਭੇਜੀ ਜਾਂਦੇ ਆ। ਉਹ ਕੀ ਪ੍ਰੋਬਲਮ ਆ ਤੁਹਾਨੂੰ ਯਾਰ, ਮੇਰੀ ਆਵਾਜ਼ ਤੋਂ ਤਾਂ ਨਹੀਂ ਪ੍ਰੋਬਲਮ ਤੁਹਾਨੂੰ? ਚਲੋ ਠੀਕ ਹੈ ਮਿੱਤਰੋ, ਫਿਰ ਮਿਲਾਂਗੇ। ਗੁਰੂ ਪਿਆਰਿਓ, ਹਰ ਧਰਮ ਹਰ ਵਰਗ ਦੀ ਇੱਜ਼ਤ ਕਰੇ ਸਾਡਾ ਆਪਣਾ ਫਰਜ਼ ਬਣਦਾ ਹੈ, ਪਰ ਹਾਂ ਜੇਕਰ ਕੋਈ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਦੂਜੇ ਧਰਮ ਨੂੰ ਮਾੜਾ ਕਹਿੰਦਾ ਹੈ ਤਾਂ ਉਹ ਕਿਤੇ ਨਾ ਕਿਤੇ ਗਲਤ ਹੈ ਅਤੇ ਉਸਦਾ ਵਿਰੋਧ ਹੋਣਾ ਚਾਹੀਦਾ ਹੈ। ਜੇਕਰ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਘੱਟ ਗਿਣਤੀਆਂ ਨੂੰ ਧਰਮ ਬਦਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਸਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਅਜਿਹੀਆਂ ਹਰਕਤਾਂ ਹੀ ਕਿਤੇ ਨਾ ਕਿਤੇ ਦਹਿਸ਼ਤਗਰਦੀ ਨੂੰ ਜਨਮ ਦਿੰਦੀਆਂ ਨੇ। ਅਤੇ ਜੇਕਰ ਭਾਰਤ ਦੀਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਦਹਿਸ਼ਤਗਰਦੀ ਨਾ ਜਨਮੇ, ਲੋਕਾਂ ਦੇ ਵੱਖਵਾਦੀ ਵਿਚਾਰ ਨਾ ਪਨਪਣ, ਪੰਜਾਬ ਅਤੇ ਭਾਰਤ ਦੀ ਸ਼ਾਂਤੀ ਭੰਗ ਨਾ ਹੋਵੇ, ਤਾਂ ਅਜਿਹੇ ਲੋਕ ਜੋ ਆਪਣੇ ਧਰਮ ਦਾ ਪ੍ਰਚਾਰ ਕਰਦੇ ਕਰਦੇ ਆਪਣੀਆਂ ਸੀਮਾਵਾਂ ਭੁੱਲ ਜਾਂਦੇ ਨੇ, ਉਹਨਾਂ 'ਤੇ ਨਕੇਲ ਕੱਸਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਨੌਹਾਂ ਨਾਲੋਂ ਮਾਸ ਅਲੱਗ ਹੋਵੇ ਅਤੇ ਵੱਖਵਾਦੀ ਆਵਾਜ਼ਾਂ ਦੇਸ਼ ਜਾਂ ਵਿਦੇਸ਼ 'ਚੋਂ ਕਿਤੇ ਵੀ ਉੱਠਦੀਆਂ ਹੋਈਆਂ ਸੁਣ ਨਜ਼ਰ ਆਉਣ, ਕਿਉਂਕਿ ਜਦੋਂ ਕੋਈ ਵੀ ਧਾਰਮਿਕ ਆਗੂ ਦੂਸਰੇ ਧਰਮ ਨੂੰ ਨਿਸ਼ਾਨਾ ਬਣਾਉਂਦਾ ਹੈ, ਆਪਣੀ ਕੱਟੜਵਾਦੀ ਸੋਚ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ, ਉਦੋਂ ਹੀ ਘੱਟ ਗਿਣਤੀਆਂ ਦੇ ਵਿੱਚ ਰੋਸ਼ ਆਉਂਦਾ ਹੈ, ਗੁੱਸਾ ਆਉਂਦਾ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਹੁਣ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ, ਸਾਨੂੰ ਆਪਣਾ ਹੱਕ ਮੰਗਣਾ ਪੈਣਾ ਹੈ, ਜਿਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਲੜਾਈਆਂ ਝਗੜਿਆਂ ਦੀ, ਵੱਖਵਾਦੀ ਵਿਚਾਰਾਂ ਦੀ। ਤੁਸੀਂ ਸਾਰੇ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।